देखिए द जॉन रैम्बो शो अपने फेवरेट कॉमेडी यूट्यूब चैनल जॉन रैम्बो पे। यार करना पड़ेगा तुहानू मेरे पहले मेहमान एक ओवरसीज पाकिस्तानी जिन्होंने अपनी जवानी का बड़ा हिस्सा बाहर गुजारा है और हार ही में वतन वापस लौटे हैं। मेहनत मजदूरी करके उनका कमू छांटे मार कर चलाने वाले लाटू जैसा हो ये वो कपड़े में पाई रख आप खाना का देखो कपड़े में आप लोगों की फरमाइशें पूरी करते हैं जी जी। आप जब बात करते हैं ना मुंह ज्यादा ना खोला करें अंदर से आपके फेफड़े छोटी कलेजी बड़ी ओजरी गंदी सी पीली और सीवरेज पाइप जैसी बड़ी आंत नजर आती है। खाना खा के आयो पहले मैं खाना खा के नहीं कुछ भी नहीं तुम खाया नहीं हो यार करना पड़ेगा तुहानू ठंड बड़ी है एक मिनट मेरे अगले मेहमान इस अजीबो गरीब और कदरे हिस्सा शख्स के भाई हैं जो मन कितने याद होने इतनी जल्दी जल्दी भी हो तो 11 बज गए कपड़े भी बदलने बाद ये बदलने ना ऐसे इस तो बाद नहीं बदलने हैं करके जल्दी में शख्स के अभी 1:30 बजे आज सब जाना जे पानी पे यार तुसी मैंने 7 बजे किया सी मैं आ जाना नहीं 7 बजे बेचारे 7 बजे देते सुख गए 7 बजे तक यही नहीं किसी ने चलो रोटी सुख सकती है मैं कह के उठ मैं 9 बजे जाना 10 बजे शो खत्म होएगा नहीं ये 10 बजे का तुसी मैंने नहीं किया नहीं किया चलो जल्दी याद करो बिचो रास्ते जो दिहाड़ी फाड़ लंदे हो दाल साल दे देंगे चलो मैं चल दे यार वेले ही है नौ चार पैसे लग जाने चले इनी देर जी बुढ़ी का फोन आ गया गड़बी आले दी तरह 5-5 हज़ार दे शो भी कर बर्बाद करने का तरीका एक दाल होगी तो पठे अच्छा ये बोस की बड़ी चेने शेने ये सारी माशाल्लाह वाजी वाह ये अपनी या भाई की कमाई है आप काम क्यों नहीं करते काम कर रहे सारे दुश्मन काम जवान दी मां भाई मैं दफन करना आया सारे
ਅੱਛਾ ਜੀ ਤੁਹਾਨੂੰ ਤੁਹਾਨੂੰ ਵੀ ਬਿਠਾ ਦਿਆਂਗਾ ਆਪਣੀ ਕੁਰਸੀ ਤੇ ਇਹਨਾਂ ਦੋਵਾਂ ਨੂੰ ਇੱਥੇ ਬਿਠਾ ਜਿੰਨੇ ਤੁਹਾਡੇ ਨਾਲ ਦੀ ਹੋਗੀ ਸ਼ੋਕ ਦਾ ਕਿਉਂ ਵਜਾ ਪੰਜ ਬੰਦੇ ਆ ਨਾ ਮਿਲਦਾ ਕੀ ਹੈ ਮਿਰਜ਼ਾ ਦੀ ਬੁੱਢੀ ਉਹ ਇਹਦੀ ਬੁੱਢੀ ਮੈਂ ਕਹਿੰਦਾ ਪੈਸੇ ਪੂਸੇ ਕੋਈ ਨਹੀਂ ਦੇਣੇ ਹਾਂ ਜਿਸ ਬੰਦੇ ਨੇ ਆਪ ਡਬਿੰਗ ਕੀਤੀ ਉਹਨੇ ਪੈਸੇ ਦੇਣੇ ਜਿਹਨੇ ਖੋਤੇ ਦੀ ਡਬਿੰਗ ਕੀਤੀ ਉਹ ਖੋਤੇ ਦੀ ਡਬਿੰਗ ਪਤਾ ਤੁਰਕੀ ਦੇ ਵਿੱਚ 100 ਸੈਨਮਿਆਂ ਚ ਲੱਗੀ ਜੇ ਆ ਜੁਮੇ ਨੂੰ 100 ਸੈਨਮਿਆਂ ਖਾਣਾ ਨਹੀਂ ਦੇਤਾ ਮੈਂ ਕੁਛ ਨਹੀਂ ਦੇਤਾ ਖਾਣੇ ਸੇ ਪਹਿਲੇ ਸੂਪ ਹੈ ਇਸਕੇ ਬਾਅਦ ਖਾਣਾ ਹੈ ਉਧਰ ਜ਼ਰਾ ਜਾਏ ਯੇ ਸੂਪ ਹੈ ਰੈਂਬੋ ਸਾਹਿਬ ਕੇ ਗਰਮ ਪੀ ਰਹੇ ਹੈ ਯੇ ਮੈਂ ਖੁਦ ਲੈ ਕੇ ਆਇਆ ਹੂੰ ਬਾਜ਼ਾਰ ਸੇ ਯਹਾਂ ਸਿਰਫ ਗਰਮ ਕਰਵਾਇਆ ਹੈ ਯੇ ਦੇਖਿਆ ਵੀ ਖਾਣਾ ਵੀ ਆ ਰਿਹਾ ਆ ਜਾਓ ਪਿਆਰ ਸਾਹਿਬ ਆਓ ਆਗਾ ਸਾਹਿਬ ਤੁਸੀਂ ਖਾਣਾ ਲਾਓ ਜੋ ਮੈਂ ਲੈ ਕੇ ਆਇਆ ਹੂੰ ਹੈ ਜੋ ਮੈਂ ਲੈ ਕੇ ਆਇਆ ਬਹੁਤ ਅੱਛੇ ਅੱਛਾ ਆਗਾ ਸਾਹਿਬ ਇਧਰ ਹੀ ਖਾ ਕੋਈ ਨਹੀਂ ਜੀ ਮੈਂ ਕੀ ਕਰਾਂ ਅੱਛਾ ਖਾਣਾ ਕਹਾਂ ਲਗਵਾਉਣਾ ਇਧਰ ਹੀ ਲਗਵਾ ਇਧਰ ਹੀ ਲਗਵਾ ਉਹ ਟੇਬਲ ਚੁੱਕ ਕੇ ਇੱਥੇ ਰੱਖੋ ਤੇ ਖਾਣਾ ਰੱਖੋ ਨਾ ਦੋ ਬੰਦੇ ਤਿੰਨ ਬੰਦੇ ਲਾਸਟ ਹੀ ਐਸੇ ਰੱਖੇ ਬੰਦਾ ਸਮਝਦਾ ਜੋ ਆ ਗਿਆ ਉਹ ਟੇਬਲ ਉੱਥੇ ਪਿਆ ਇਧਰ ਲੈ ਆਣਾ ਇਹ ਪਹਿਲਾ ਟੇਬਲ ਪਿਆ ਕਿਸੇ ਉਹਦੇ ਮਾਈਕ ਪਏ ਨੇ ਅੱਛਾ ਇੱਕ ਟੇਬਲ ਇਧਰ ਹੋਰ ਵੀ ਹੈ ਖਾਣਾ ਨਹੀਂ ਹੈ ਯੇ ਕਿਆ ਹੈ ਸਰ ਮੈਂ ਖੁਦ ਲੈ ਕੇ ਆਇਆ ਹੂੰ ਮੇਰੇ ਸਭ ਦੋਸਤ ਖਾਏ ਮੈਂ ਬਾਜ਼ਾਰ ਸੇ ਲਾਇਆ ਹੂੰ ਯੇ ਖਾਣਾ ਮੈਂ ਨਹੀਂ ਖਾਊਂਗਾ ਯੇ ਅਗਰ ਬਾਜ਼ਾਰ ਕਾ ਖਾਣਾ ਹੋ ਔਰ ਯੇ ਅਗਰ ਯੇ ਆਏ ਤੋ ਮੈਂ ਕਾਮ ਛੋੜ ਦੂੰਗਾ ਬਾਜ਼ਾਰ ਵਾਲੇ ਦਿਨ ਅਗਰ ਆਪ ਯੇ ਲੈ ਕੇ ਆਏ ਹੋ ਆਗਾ ਸਰ ਅੱਲਾ ਦੀ ਕਸਮ ਚਿੱਟਾ ਝੂਠ ਤੂੰ ਜਿਹੜੇ ਬਾਜ਼ਾਰੋਂ ਲਿਆਉਣਾ ਹੁੰਦਾ ਸੀ ਨਾ ਬੰਦ ਹੋ ਗਿਆ ਬੇਟੇ ਉੱਥੋਂ ਤੇਰੀ ਸਾਰੀ ਫੈਮਿਲੀ ਉੱਥੋਂ ਹੀ ਆਉਂਦੀ ਆ ਜਾ ਯਾਰ ਆ ਜਾ ਜਲਦੀ ਆ ਜਾ ਹਾਜੀ ਹੀ ਪਕਾ ਬੈਠਾ ਹੈ ਕੀ ਪਕਾ ਬੈਠਾ ਹੈ ਹਾਜੀ ਓ ਹੋ ਹੋ ਕੀ ਗਰਮਾ ਗਰਮ ਇਹ ਦੇਖੋ ਘਰ ਦੀ ਤੰਦੂਰ ਦੀ ਰੋਟੀ ਹਾਏ ਗਰਮ ਚਲੋ ਭਾਜੀ ਵਰਗਾ ਮਿਹਰਬਾਨ ਕਰੋ ਨਾ ਮੋਸ ਕੋ ਹਾਏ 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 ਕਮਜ਼ੋਰ ਹੁੰਦੇ ਜਾ ਦੇਖੋ ਕਮਜ਼ੋਰ ਹੁੰਦੇ ਜਾ ਸੱਚੀ ਗੱਲ ਹਾਂਜੀ ਆਪ ਸਾਹਿਬ ਸਭ ਠੀਕ ਹੈ ਰੋਟੀ ਬਹੁਤ ਆ ਨਹੀਂ ਬਹੁਤ ਬੋਲ ਮਟਨ ਕੋ ਪਕਾਉਂਦਾ ਨੀ ਗੱਲ ਤੇਰੀ ਕਿਸੇ ਹੱਦ ਤੱਕ ਬਿਲਕੁਲ ਗਲਤ ਹੈ ਐਂ ਕਰਕੇ ਮਸਾਲਾ ਲਓ ਘਿਓ ਤਰ 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 ਹੀ ਲਾ ਕੇ ਮਾਤਾ ਪੁੱਤ ਕੁਰਸੀ ਲਾਓ ਉੱਥੇ ਕਹਿ ਜਾ ਆਪਾਂ ਕੁਛ ਚਲਾ ਗਿਆ ਯਾਰ ਅਜਾ ਮੈਂ ਤੁਹਾਡੀ ਚੁਆਇਸ ਦਾ ਪਤਾ ਮੈਂ ਸਪੈਸ਼ਲ ਲਵਾ ਕੇ ਚੰਗਾ ਕੀਤਾ ਚੰਗਾ ਕੀਤਾ ਮੈਂ ਬਹੁਤ ਅੱਛਾ ਕੀਤਾ ਇਸ ਜਿੱਦਾਂ ਦੀ ਪੈਕਿੰਗ ਚ ਹੈਗੀ ਸੀ